हाँ जी, रात ना ये सुनो असं दसना चाहते भी रात कोई दो कंप्लेंट आईया सी जी। एक प्रमोद नाँ का लड़का सीगा, एक सीगा लवप्रीत। ये दो लड़के इन्हों की सानू कंप्लेंट सी भी किडनैप किए गए हैं। तो इन्हों का दोस्त है एक आर्यन उत्तम बिहार कलोनी रहिंदा जी। ये फोन पर भी थ्रैट कॉल आ रही है भी असी तुहाडे बच्चे चक ले, बाहर का नंबर सी ये, तो भी असी इन्हां नूं हुण नहीं छड्दे। उहदे संबंध दे विच असी इन्हां नाल भी परिवार ना गलबात की, मुंडे आर्यन का नंबर लैके असी उन्होंने तालमेल किया भी तेरे नंबर पर कॉल आ रही है, तुसी सानू थाने आके भी फोन दसो भी जां स्क्रीनशॉट सेंड करो, कोई ऑडियो वगैरह है तो सानू सेंड करो, ये तो असी पता लगा सके भी की मैटर है भी कितने बच्चे हो सकते हैं। तो वो आर्यन इतने नहीं आया तो असी परिवार के समेत उन्होंने घर को गए, असी उत्थे परिवार को बुला के असी गलबात की तो भी तुसी सानू कोऑपरेट करो। उन्होंने सानू जी कोऑपरेट नहीं किया तो साढ़े भी जी सरकारी असी ड्यूटी कर रहे हैं वो विघन पाया, जो असी मैटर ट्रेस करना चाहते थे वो सानू भी अड़चन पाई जी, उन्होंने कोई काम नहीं कर दिता। तो उस मामले की किया जी, वो जी असी एक एफ आई आर दर्ज की है जी। वो आर्यन तो एक वह ब्रदर है तो दो बच्चे होर है जी उन्होंने जी। की धारा की लई है सर? 53186 323 अंदर पुलिस फड़ गई, उन्होंने ना हाथ मेरे बाल फड़ ले, बाल फड़ के मेनू कहते तुसी चलो मेरे नाल गड्डी च बिठा लांगे, तो मम्मी और सारे दस लाख गली दे एक मुंडा आया उन्हें जुंडे फड़ ले, दो छुटवा लग गया, तो फिर उन्होंने धक्का मार के मेरे उन्हें मुठ फट ले कपड़े फट ले उन्होंने, तो मैंने लैके चले से, तो वो मुंडे मैंने बचाई आता से, साई नाम का मुंडा पंडता के रेंदे गलिए उन्होंने भी फट के लै गए, सब जेडे डाकू ने भी वादू मारे इतने भी मारे हुए बाल कितने बड़े पिस्तौल इतने रख ली रखी से, तो पुलिस वाले ने एक दाड़ी जी ले आया पुलिस उन्होंने रखी थी मेरे पिस्तौल की कहते हैं पुछ कहते असं लैके जावे। मैं उन्होंने यही कहा कि मेरे पापा गए हुए साला सर, मैं पापा आ गए तुम आराम गल कर लियो जिन्हें तुम लैके जाने आराम लै जियो, मेरे पापा ने वह कहते असं तो नहीं लैके जावे। ਹੋਇਆ ਕੀ ਹੈ ਜਿਸ ਤਰ੍ਹਾਂ ਦੇ ਨਾਲ ਕਿ ਤੁਸੀਂ ਇੱਥੇ ਐਡਮਿਟ ਹੋਏ ਹੋ, ਕਿਆ ਹੈਗਾ ਕਿ ਪੁਲਿਸ ਵਾਲਿਆਂ ਦੇ ਨਾਲ ਮੇਰੇ 11:30 ਵਜੇ ਬੂਹਾ ਖੜਕਾਈ ਜਾਂਦੇ ਜੋ ਦੋ ਕੌਣ ਜੀ ਪੁਲਿਸ ਵਾਲੇ ਆਏ ਸੀ ਦੋ, ਅਸੀਂ ਪਤਾ ਨਹੀਂ ਸਾਨੂੰ ਪੁਲਿਸ ਵਾਲੇ ਖੜੀ ਹੈ, ਅਸੀਂ ਬਹੁਤ ਬੂਹਾ ਖੜਕਾਈ ਜਾਂਦੇ ਬੋਲੀ ਦੇਖੀਏ ਕੌਣ ਆ, ਸਾਡੇ ਘਰ ਕੋਈ ਨਹੀਂ ਸੀ, ਬਸ ਅਸੀਂ ਇਕੱਲੇ ਸੀ, ਮੇਰੀ ਕੁੜੀ ਸੀ ਔਰ ਮੈਂ ਸੀ, ਇੱਧਰ ਉੱਧਰ ਦੋ ਮੁੰਡੇ ਪਰਲੇ ਪਾਸੇ ਸੀ, ਬੋਲੀ ਤਾਂ ਕਰਕੇ ਮੈਂ ਕਿਹਾ ਚੱਲ ਖੋਲ ਲਈਏ ਜੇ ਕੋਈ ਪੜੋਸੀ ਨਾ ਆ ਗਿਆ ਹੋਵੇ, ਅਸੀਂ ਦੇਖਿਆ ਤਾਂ ਆਇਆ ਤਾਂ ਕਹਿੰਦੇ ਆਰੀਅਨ ਕੌਣ ਹੈ, ਮੈਂ ਮੇਰਾ ਭਤੀਜਾ ਹੈਗਾ, ਮੈਂ ਇੰਨਾ ਕਿਹਾ ਸੀ ਬੋਲੀ ਉਹ ਤਾਂ ਫਿਰ ਛੋਟੇ ਆਣ ਮੁੰਡੇ ਨੇ ਆ ਕੇ ਕਹਿਤਾ ਕਿ ਉਹ ਤਾਂ ਸਾਲਾ ਸਿਰ ਗਿਆ ਹੋਇਆ, ਉਹ ਫਿਰ ਘਰ ਅੰਦਰ ਹੀ ਸੀ, ਅਸੀਂ ਕਹੀ ਜਾਂਦੇ ਮੈਂ ਪੁੱਛ ਵੀ ਜਾਂਦੀ ਪੁਲਿਸ ਵਾਲਿਆਂ ਨੂੰ ਵੀਡੀਓ ਗਲਤ ਹੀ ਹੋਈ, ਸਾਨੂੰ ਗਲਤ ਬਤਾ ਦਿਓ, ਕੋਈ ਗੱਲ ਬਤਾ ਦਿਓ, ਗੱਲ ਨਹੀਂ ਬਤਾਈ ਉਹਨਾਂ ਨੇ ਆ ਕੇ, ਬਸ ਉਹ ਛੋਟੇ ਔਰ ਦੂਜਾ ਮੁੰਡਾ ਆਇਆ ਇਹਦਾ ਬੜਾ ਭਾਈ ਆਇਆ ਅਰਸ, ਉਹਨੂੰ ਕਹਿੰਦਾ ਤੂੰ ਚੱਲ ਅੰਦਰ ਗੱਡੀ 'ਤੇ, ਤੂੰ ਉਹਨਾਂ ਨੂੰ ਲੈ ਕੇ ਬਿਠਾਉਣ ਲੱਗੇ, ਅਸੀਂ ਬੋਲੇ ਇਹਦੀ ਕੀ ਕਸੂਰ ਹੈ ਜੇ ਤੂੰ ਇਹਨਾਂ ਨੂੰ ਲਿਜਾਈ ਜਾਂਦੇ, ਫਿਰ ਅਸੀਂ ਅੰਦਰ ਲਿਆਏ, ਫਿਰ ਮੇਰੀ ਕੁੜੀ ਨੂੰ ਪਕੜ ਲਿਆ ਉਹਨਾਂ ਨੇ, ਮੇਰੀ ਕੁੜੀ ਦੇ ਬਾਲ ਬੂਲ ਵੀ ਪਕੜੇ ਉਹਨਾਂ ਨੇ, ਤਾਂ ਮੈਂ ਫਿਰ ਗਲੀ ਵਿੱਚ ਵੀ ਗਈ ਹਾਂ, ਮੈਂ ਅਸੀਂ ਬਚਾਓ ਮੇਰੀ ਕੁੜੀ ਦੇ, ਪੁਲਿਸ ਵਾਲਿਆਂ ਨੇ ਬਾਲ ਪਕੜ ਰੱਖੇ, ਮੇਰੀ ਕੁੜੀ ਦੇ ਹੱਥ ਪਾ ਰੱਖਿਆ ਉਹਨਾਂ ਨੇ, ਕੋਈ ਵੀ ਨਹੀਂ ਆਇਆ, ਇੱਕ ਮੁੰਡਾ ਆਇਆ ਸੀ ਬਚਾਉਣ, ਉਹ ਵੀ ਉਹਨਾਂ ਨੂੰ ਉਹ ਵੀ ਉਹਨੂੰ ਵੀ ਪਾ ਕੇ ਦੇ ਗਈ, ਕਿਹਾ ਵੀ ਆ ਵਿਚਾਲੇ ਆ ਗਿਆ ਸੀ, ਤਾਂ ਕਰਕੇ ਹੁਣ ਉਹ ਮੇਰੀ ਕੁੜੀ ਨੂੰ ਮੈਂ ਵੀ ਵਾਧੂ ਬਚਾਏ, ਫਿਰ ਮੇਰੇ ਕੋਲ ਧੱਕਾ ਦਿੱਤਾ ਇੰਨਾ ਜ਼ੋਰ ਦਾ, ਸਕੂਟਰੀ 'ਤੇ ਪਈ ਹੈ ਸਾਡੇ ਸਾਰੇ ਗਮਲੇ ਤੋੜੀ ਆਏ ਸਾ, ਦੋ ਜਣੇ ਸੀ ਪੁਲਿਸ ਵਾਲੇ ਜਿਹੜੇ, ਹਾਂਜੀ ਦੋ ਜਣੇ ਆਏ, ਬਾਅਦ ਵਿੱਚ ਗੱਡੀ ਵਰ ਕੇ ਆਈ ਹੈ ਦੁਆਲੇ, ਫਿਰ ਉਹਨਾਂ ਨੂੰ ਪਕੜ ਪਕੜ ਕੇ ਲੈ ਗਈ ਤਿੰਨ ਜਣਾਂ ਨੂੰ। ਤੁਸੀਂ ਵੀ ਫਿਰ ਰੋਕਣ ਦੀ ਕੋਸ਼ਿਸ਼ ਕੀਤੀ, ਉਸ ਨੇ ਕੀ ਹੋਇਆ? ਬਹੁਤ ਰੋਇਆ, ਰੋਕਿਆ ਸੀ, ਉਹ ਕਹਿੰਦੇ ਤੁਹਾਨੂੰ ਵੀ ਲੈ ਜਾਵਾਂਗੇ ਦੋ ਦਿਨਾਂ ਬਾਅਦ, ਪਰਚਾ ਕੱਟਾਂਗੇ ਤੁਹਾਡਾ ਵੀ। ਤੁਸੀਂ ਵਿਰੋਧ ਕੀਤਾ ਜਦੋਂ ਹੈਗਾ, ਤੁਸੀਂ ਵੀ ਕੋਈ ਉਹਨਾਂ ਦੀ ਵਰਦੀ ਜਾਂ ਕੁਛ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿ ਨਾ? ਵਾਧੂ ਕੀਤਾ ਜੀ, ਮੇਰੀ ਕੁੜੀ ਦੇ ਹੱਥ ਪਾਇਆ ਜੀ, ਮੈਂ ਵੀ ਯਾਰ ਮੇਰੇ ਤੁਸੀਂ ਆਹ ਕੀ ਕਰੀ ਜਾਂਦੇ, ਗਲਤ ਕਰੀ ਜਾਂਦੇ, ਤੂੰ ਮੇਰੀ ਕੁੜੀ ਦੇ ਹੱਥ ਪਾ ਰੱਖਿਆ ਤੁਸੀਂ, ਹੈਂ ਤੁਸੀਂ ਮੁੰਡੇ ਨੂੰ ਲਿਜਾਣਾ, ਤੁਸੀਂ ਆਰਾਮ ਨਾਲ ਕਹਿ ਦਿਓ ਆਹ ਗਲਤੀ ਕੀਤੀ, ਅਸੀਂ ਲਿਜਾਏ ਹੈ, ਮੈਂ ਆਹ ਵੀ ਕਹੀ ਜਾਂਦੇ ਸਾਡੇ ਸਾਲਾਂ ਫਿਰ ਗਏ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ।
कैनेडा होवे या फिर इंग्लैंड, अमेरिका होवे या फिर आस्ट्रेलिया, पंजाबी भाईचारे नाल जुड़ी हर एक खबर पहुंचाई जाएगी तुहाडे तक। चुके जाणगे मसले, होवेगी हक दी गल। गरीबां अते पिछड़ियां दा इको एक भरोसेमंद न्यूज़ चैनल आज दी आवाज़। रोजाना आज दी आवाज़, पंजाब दी भरोसेमंद अखबार।